सत श्री अकाल जी। अज की वीडियो का जिहड़ा मेन परपस अपना एजेंडा गा वह आ महला क्लीनिक। यह बीमारी लगी थी सानू दिल्ली वाले तो केजरीवाल उन्होंने लाई सी कि महल्या क्लीनिक बनावांगे कि जिहड़े बंदे हॉस्पिटलों के खर्चे नहीं चक सकते वह महला क्लीनिक जाणगे दवाई लेके आवणगे। हुणे हुणे साडे पिंड वाला जिहड़ा महला क्लीनिक बनिया उहदे चों मैं दवाई लेके आया सारी आपां वीडियो कैप्चरिंग करी हैगी वह बाद च चलूगी। मेन गल फिर जे वीडियो उत्थे कैप्चर कर ली सी दुबारे रूबरू होने का जिहड़ा मौका मिलिया वह क्यों। लाभ सिंह हुडूके आम जिहड़ा अपना एम एल ए जिहने चरणजीत चन्नी नूं हराया है ना, ये बंदे ने किसी सरपंच नूं धमकी देती कहिंदा तेरे लाला थापड़े तेनूं अंदर सिट्टिया हुंदा। सरपंच का भी मुद्दा हुई सी ते साडे पिंड का भी मुद्दा हुई सी सेम मुद्दा सीगा। खैर साडे पिंड वालिआं ने मुद्दा चक्किआ नहीं, उह सरपंच बोल पिआ साडे सरपंच च शायद इन्नी तड़ है नहीं सी बोलण दी उह तां नहीं बोलिआ। ਜਾਂ ਫਿਰ ਉਹ ਭਾਈ ਜਿਹੜਾ ਸਰਪੰਚ ਆ ਉਹ ਕਾਂਗਰਸ ਪਾਰਟੀ ਦਾ ਸੀ ਤੇ ਸਾਡੇ ਵਾਲਾ ਜਿਹੜਾ ਸਰਪੰਚ ਆ ਉਹ ਆਮ ਆਦਮੀ ਪਾਰਟੀ ਵਾਲੇ ਨਾਲ ਐਂ ਜੁੜ ਕੇ ਚੱਲਦਾ, ਉਹ ਵਿਚਾਰਾ ਬੋਲਦਾ ਵੀ ਕੀ। ਚਲੋ ਛੱਡੋ ਸਰਪੰਚੀ ਵਾਲੀ ਗੱਲਾਂ, ਆਪਾਂ ਇਹਨਾਂ ਦੇ ਕਾਹਨੂੰ ਪੈਂਦੇ ਹਾਂ, ਆਪਾਂ ਲੈ ਕੇ ਚੱਲਦੇ ਹਾਂ ਵੀਡੀਓ ਨੂੰ ਆਪਣੀ ਦਿਸ਼ਾ ਵੱਲ ਕਿ ਇੱਕ ਐਮ ਐਲ ਏ ਦਾ ਸਰਪੰਚ ਨੂੰ ਧਮਕੀ ਦੇਣਾ ਜਾਇਜ਼ ਜਾਂ ਨਜਾਇਜ਼ ਆ ਉਹ ਤੁਸੀਂ ਦੇਖ ਲਓ, ਤੁਹਾਨੂੰ ਜ਼ਿਆਦਾ ਪਤਾ। ਪਰ ਮੁਹੱਲਾ ਕਲੀਨਿਕ ਕੋਈ ਮਾੜੀ ਚੀਜ਼ ਨਹੀਂ, ਜਿੱਥੇ ਤੱਕ ਮੇਰਾ ਐਕਸਪੀਰੀਅੰਸ ਰਿਹਾ ਉਹ ਕੋਈ ਮਾੜੀ ਚੀਜ਼ ਨਹੀਂ। ਪਰ ਹਾਂ ਉਹਨੂੰ ਚੱਕ ਕੇ ਕਿਸੇ ਹੋਰ ਜਗ੍ਹਾ ਤੇ ਬਣਾਇਆ ਜਾ ਸਕਦਾ, ਉਹ ਜਿਹੜੇ ਪਹਿਲਾਂ ਤੋਂ ਹੋਸਪਿਟਲ ਆਪਰੇਟ ਹੋ ਰਹੇ ਨੇ ਉਹਨਾਂ ਨੂੰ ਨਾ ਰੋਕਿਆ ਜਾਵੇ, ਉਹਨਾਂ ਦੀ ਜਗ੍ਹਾ ਰੋਕੀ ਗਈ। ਸਾਡੇ ਪਿੰਡ ਵਾਲੇ ਦਾ ਖੈਰ ਇਤਿਹਾਸ ਇਹ ਵੀ ਆ ਕਿ ਪਹਿਲਾਂ ਥਾਣੇ ਨੂੰ ਜਗ੍ਹਾ ਦਿੱਤੀ ਉਹਦੀ ਹੋਸਪਿਟਲ ਦੀ ਅੱਧੀ, ਤੇ ਉਹਦੇ ਚ ਹੁਣ ਕੁਛ ਕੁ ਕਮਰੇ ਚੱਕ ਕੇ ਆਪਾਂ ਨੇ ਮੁਹੱਲਾ ਕਲੀਨਿਕ ਨੂੰ ਦੇ ਤੇ, ਉਹਨੂੰ ਹੋਰ ਸੀਮਿਤ ਦਾਇਰੇ ਚ ਲਿਆਂਦਾ, ਉਹਨੂੰ ਹੋਰ ਛੋਟਾ ਕਰਤਾ। ਇਹ ਨਹੀਂ ਹੋਣਾ ਚਾਹੀਦਾ ਸੀ। ਮੁਹੱਲਾ ਕਲੀਨਿਕ ਸਾਡੇ ਪਿੰਡ ਚ ਬਹੁਤ ਜਗ੍ਹਾ ਗਈ, ਕਿਤੇ ਹੋਰ ਵੀ ਬਣ ਜਾਂਦਾ, ਰੌਲਾ ਰੱਪਾ ਪਾਉਂਦੇ ਰਹੇ ਗਰੁੱਪਾਂ ਚ ਵੀ ਰਿਕਾਰਡਿੰਗਾਂ ਪਾਉਂਦੇ ਨੇ ਮੁੰਡੇ, ਪਰ ਇਕੱਠੇ ਹੋ ਕੇ ਗੱਲ ਨਹੀਂ ਕਰਦੇ। ਫਿਰ ਅਸੀਂ ਦੇਖ ਆਏ, ਪਰ ਇੱਕ ਚੀਜ਼ ਹੋਰ ਵੀ ਉੱਥੇ ਨੋਟਿਸ ਕੀਤੀ, ਮੁਹੱਲਾ ਕਲੀਨਿਕ ਵਾਸਤੇ 25 ਲੱਖ ਦੀ ਮਿਨੀਮਮ ਹੁੰਦੀ ਹੈ ਕਿ ਰਿਕੁਆਇਰਮੈਂਟ ਕਿ 25 ਲੱਖ ਵਰਤ ਸਕਦੇ ਤੁਸੀਂ। ਪਰ ਉਹ ਤੇ 25 ਲੱਖ ਕਿਤੇ ਲੱਗਿਆ ਹੋਇਆ ਦਿਖਦਾ ਨਹੀਂ ਵੀ 25 ਲੱਖ ਲਾਤਾ ਹੋਵੇ। ਪਰ ਜਿਹੜਾ ਹੋਸਪਿਟਲ ਦੀ ਜਗ੍ਹਾ ਰੋਕੀ ਆ ਹੋਰ ਘੇਰੀ ਆ, ਉਹਦੇ ਦੂਜੇ ਪਾਸੇ ਜਿਹੜਾ ਹੋਸਪਿਟਲ ਵਰਕ ਕਰ ਰਿਹਾ ਸੀ ਉਹਦੀਆਂ ਕੰਧਾਂ 'ਚ 13 ਸ਼ੀਸ਼ੇ ਟੁੱਟੇ ਪਏ ਨੇ, ਉੱਥੇ ਜਿਹੜੇ ਬੈੱਡ ਨੇ ਉਹਨਾਂ ਦੀ ਉਹਨਾਂ ਚਾਦਰ ਨਹੀਂ ਧੋਤੀ ਹੋਈ ਕੋਈ, ਗੇਟ ਟੁੱਟੇ ਪਏ ਨੇ, ਉਹਦੇ 'ਚ ਪਾਣੀ ਖੜ ਜਾਂਦਾ, ਉਹਦਾ ਹੱਲ ਨਹੀਂ ਕਰਿਆ। ਹੱਲ ਕੀ ਕਰਿਆ? ਇੱਕ ਮੁਹੱਲਾ ਕਲੀਨਿਕ ਬਣਾਤਾ ਵੀ ਜਦੋਂ ਕਿਸੇ ਭਗਵੰਤ ਮਾਨ ਬਾਈ ਨੇ ਸਪੀਚ ਦੇਣੀ ਹੈ ਕਿਤੇ ਜਾ ਕੇ ਉਹ ਐਂ ਕਹਿਣ ਜੋਗਾ ਹੋ ਜੇ ਅਸੀਂ ਇੰਨੇ ਮੁਹੱਲਾ ਕਲੀਨਿਕ ਬਣਾਤੇ, 400 ਮੁਹੱਲਾ ਕਲੀਨਿਕ ਹੋਰ ਸ਼ੁਰੂ ਹੋ ਜਾਣਗੇ ਕੱਲ ਨੂੰ। ਇੱਕ ਸ਼ਾਜਲੀ ਵਾਲਾ ਦੇਖ ਆਇਓ, ਕੋਈ ਨਾ ਸ਼ਾਜਲੀ ਵਾਲਾ ਉੱਤੇ ਦਿਖਾਵਾਂਗੇ ਜਦੋਂ ਜਮੀਨ ਭੈ ਕੇ ਪਾਣੀ ਖੜ ਗਿਆ, ਖਰ ਪਾਣੀ ਖੜਦਾ ਗਾ ਉਹ ਵੀ ਸਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਇੱਕ ਦਿਨ ਜਦੋਂ ਖੜ ਗਿਆ ਨਿਗਾਹ ਜਾਂਦੇ। ਆਹ ਵੀਡੀਓ ਦੇਖੋ। ਸਤਿ ਸ਼੍ਰੀ ਅਕਾਲ ਜੀ, ਅੱਜ ਆਪਾਂ ਖੜੇ ਹਾਂ ਪਿੰਡ ਸ਼ਾਜਲੀ। ਸਾਡੇ ਪਿੰਡ ਮੁਹੱਲਾ ਕਲੀਨਿਕ ਬਣਾਤਾ ਜਿੱਥੇ ਪੁਰਾਣਾ ਹਸਪਤਾਲ ਸੀ, ਇੱਕ ਸਾਈਡ 'ਤੇ ਇਹਨਾਂ ਨੇ ਮੁਹੱਲਾ ਕਲੀਨਿਕ ਬਣਾਤਾ ਅਤੇ ਦੂਜੀ ਸਾਈਡ 'ਤੇ ਉਵੇਂ ਦਾ ਉਵੇਂ ਹੋਸਪਿਟਲ ਚੱਲ ਰਿਹਾ, ਮਤਲਬ ਉਹਦੇ 'ਚੋਂ ਕੁਛ ਕੁ ਕਮਰੇ ਦੇ ਤੇ। ਜਿਹੜਾ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਹੋਸਪਿਟਲ ਦੀ ਬਿਲਡਿੰਗ ਆ, ਅਤੇ ਉਹ ਕੰਧ ਦੇ ਮਗਰਲੇ ਪਾਸੇ ਹੈਗਾ ਥਾਣਾ ਸ਼ਾਜਲੀ। ਪਹਿਲਾਂ ਜਿਹੜਾ ਉਹ ਥਾਣਾ ਗਾ ਉਹਦੀ ਜਿਹੜੀ ਪ੍ਰੋਪਰ ਆਹ ਬਿਲਡਿੰਗ ਤੋਂ ਲਾ ਕੇ ਥਾਣੇ ਦੀ ਜਿੰਨੀ ਵੀ ਬਿਲਡਿੰਗ ਆ ਇਹ ਸਾਰੇ ਦਾ ਸਾਰਾ ਹੋਸਪਿਟਲ ਸੀ। ਮਤਲਬ ਸਟਾਫ ਪੂਰਾ ਨਹੀਂ ਹੁੰਦਾ ਸੀ, ਉਹਨਾਂ ਨੇ ਕੀ ਕੀਤਾ ਫਿਰ ਅੱਧੀ ਬਿਲਡਿੰਗ ਦੇ ਵਿੱਚ ਥਾਣਾ ਬਣਾਤਾ। ਹੁਣ ਉਸੇ ਬਿਲਡਿੰਗ ਦੇ ਵਿੱਚ ਬਣਾਤਾ ਅੱਗੇ ਆਪਾਂ ਨੇ ਮੁਹੱਲਾ ਕਲੀਨਿਕ। ਪਿੰਡ ਵਾਲਿਆਂ ਨੇ ਥੋੜ੍ਹਾ ਬਹੁਤਾ ਰੌਲਾ ਵੀ ਪਾਇਆ, ਕਹਿੰਦੇ ਮੁਹੱਲਾ ਕਲੀਨਿਕ ਆ ਜਿਹੜਾ ਹੋਸਪਿਟਲ 'ਚ ਨਾ ਬਣਾਓ, ਕਿਉਂਕਿ ਵੀ ਇਹਨੂੰ ਪਿੰਡ ਦੇ ਵਿਚਾਲੇ ਬਣਾਓ, ਕਿਸੇ ਇੱਕ ਮਾਹੌਲੇ 'ਚ ਵੀ ਹੋਸਪਿਟਲ ਤਾਂ ਹੈਗਾ, ਇਹਨੂੰ ਅਪਗ੍ਰੇਡ ਕਰੋ। ਚਲੋ ਉਹ ਜਿਵੇਂ ਦਾ ਚੱਲੀ ਗਈ ਪੋਲੀਟਿਕਸ ਦੀ ਗੱਲ ਆ, ਆਪਾਂ ਉਹਦੇ 'ਚ ਵਾਲਾ ਆਉਂਦੇ ਨਹੀਂ ਹੈਗੇ। ਚਲੋ ਆਪਾਂ ਦੇਖਦੇ ਹਾਂ ਮੁਹੱਲਾ ਕਲੀਨਿਕ ਵੀ ਕਿਵੇਂ ਕੰਮ ਕਰਦਾ। ਜੇ ਭਾਈ ਦੇਖਦੇ ਵੀ ਦਵਾਈ ਦਵੂਈ ਮਿਲਦੀ ਆ ਕਿ ਕਿਵੇਂ ਡਾਕਟਰ ਟ੍ਰੀਟ ਕਰਦੇ ਆ ਕਿਵੇਂ ਨਾ। ਹੁਣ ਆਪਾਂ ਸਿੱਧਾ ਚੱਲਦੇ ਹਾਂ ਅੰਦਰ। ਆਓ ਫਿਰ ਆਪਾਂ ਅੰਦਰ ਚੱਲਦੇ ਹਾਂ। ਸਭ ਤੋਂ ਪਹਿਲਾਂ ਜਦੋਂ ਤੁਸੀਂ ਅੰਦਰ ਆਓਗੇ ਤੁਹਾਨੂੰ ਇਸ ਜਗ੍ਹਾ ਤੋਂ ਪਰਚੀ ਬਣਵਾਉਣੀ ਪਊਗੀ। ਅੱਗੇ ਆਪਾਂ ਕਰਦੇ ਹਾਂ ਡਾਕਟਰ ਸਾਹਿਬ ਨੂੰ ਬਹੁਤ ਹੀ ਇਹਨਾਂ ਦਾ ਫਰੈਂਡਲੀ ਨੇਚਰ ਆ ਡਾਕਟਰ ਸਾਹਿਬ ਦਾ, ਤੇ ਮਹਾਰ ਮੈਡਮ ਵੀ ਮਿਲਿਆ ਆਪਾਂ ਨੂੰ ਹਨਾ, ਤੇ ਵਧੀਆ ਗਾਈਡ ਕਰਦੇ ਆ। ਤੇ ਪਿੰਡ ਵਾਲੇ ਜਿੱਥੇ ਇੱਥੇ ਤੁਹਾਡੇ ਲਵੇ ਲਾਉਣੇ ਕੋਈ ਮੁਹੱਲਾ ਕਲੀਨਿਕ ਬਣੇ ਨੇ ਜਾਂ ਆਪਣੇ ਪਿੰਡ ਦੀ ਗੱਲ ਕਰ ਰਹੇ ਸ਼ਾਜਲੀ ਦੀ, ਤਾਂ ਤੁਸੀਂ ਆਓ ਇੱਕ ਵਾਰ ਦਿਖਾਓ ਹਨਾ, ਕਿਉਂਕਿ ਟੋਟਲੀ ਫ੍ਰੀ ਆ ਸਾਰਾ ਕੁਛ, ਫ੍ਰੀ ਆਫ ਕੋਸਟ ਆ। ਤੁਸੀਂ ਇੱਕ ਵਾਰ ਦਵਾਈ ਲੈ ਕੇ ਦੇਖੋ ਵੀ ਤੁਹਾਨੂੰ ਫਰਕ ਪੈਂਦਾ ਜਾਂ ਨਾ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਹੁਣ ਆਪਾਂ ਅੱਗੇ ਚੱਲ ਰਹੇ ਹਾਂਗੇ ਇਸ ਸਾਈਡ ਤੋਂ।
ਮਤਲਬ ਜਿਸ ਤਰੀਕੇ ਨਾਲ ਆਪਾਂ ਨੂੰ ਲੱਗਦਾ ਜਿਵੇਂ ਆਪਾਂ ਦੁਕਾਨਾਂ ਤੇ ਜਾਂਦੇ ਹਾਂ ਨਾਰਮਲ ਮੈਡੀਸਨ ਲੈਣ, ਉਸ ਤਰੀਕੇ ਨਾਲ ਜਿੰਨੀਆਂ ਉੱਥੇ ਦਵਾਈਆਂ ਹੁੰਦੀਆਂ ਨੇ ਲਗਭਗ ਉਨੇ ਤਰ੍ਹਾਂ ਦੀਆਂ ਦਵਾਈਆਂ ਉਰੇ ਹੈਗੀਆਂ ਨੇ, ਅਵੇਲੇਬਲ ਹੈਗੀਆਂ ਨੇ ਤੇ ਆਪਾਂ ਚੈੱਕਆਊਟ ਕਰ ਸਕਦੇ ਹਾਂ। ਇਹ ਸਾਹਮਣੇ ਆਮ ਆਦਮੀ ਕਲੀਨਿਕ ਅਤੇ ਜਿਹੜੀ ਇੱਥੇ ਤੱਕ ਦੀ ਇਮਾਰਤ ਹੈਗੀ ਗੇਟ ਤੋਂ, ਇਹ ਪਹਿਲਾਂ ਹੋਸਪਿਟਲ ਦੇ ਰੂਪ 'ਚ ਵਰਤੀ ਜਾਂਦੀ ਸੀ, ਹੁਣ ਗੇਟ ਤੋਂ ਸਿੱਧਾ ਇੰਨਾ ਹਿੱਸਾ ਇਸ ਸਾਈਡ ਦੇਤਾ ਮੁਹੱਲਾ ਕਲੀਨਿਕ ਨੂੰ, ਅਤੇ ਇਸ ਸਾਈਡ 'ਤੇ ਹਜੇ ਡਿਸਪੈਂਸਰੀ ਜਿਹੜੀ ਸਰਕਾਰੀ ਚੱਲ ਰਹੀ ਸੀ ਉਹਦਾ ਕੰਮ ਚੱਲ ਰਿਹਾ ਗਾ, ਉਹ ਵੀ ਆਪਾਂ ਦੇਖ ਕੇ ਆਉਂਦੇ ਹਾਂ। ਅਤੇ ਆਪਾਂ ਜਿਹੜੀ ਤੁਹਾਨੂੰ ਦੱਸਿਆ ਸੀ ਇਸ ਸਾਈਡ, ਇਹ ਵੀ ਸਾਰੀ ਦੀ ਸਾਰੀ ਜਿਹੜੀ ਇਮਾਰਤ ਹੈਗੀ ਇਸ ਸਾਈਡ 'ਤੇ, ਉਹ ਦੇਖੋ ਸਾਹਮਣੇ ਤੁਹਾਨੂੰ ਦਿਖਾਈ ਦਿੰਦੇ ਜੂਮ ਕਰਕੇ, ਥਾਣਾ ਸ਼ਾਜਲੀ, ਇਹ ਸਾਰੀ ਦੀ ਸਾਰੀ ਇਮਾਰਤ ਪਹਿਲਾਂ ਹੋਸਪਿਟਲ ਦੇ ਲਈ ਬਣੀ ਸੀ, ਫਿਰ ਲੱਗਿਆ ਵੀ ਥੋੜ੍ਹੀ ਜਗ੍ਹਾ ਨਾਲ ਵੀ ਸਰ ਸਕਦਾ ਤਾਂ ਇੱਧਰੋਂ ਡਿਵਾਈਡ ਕਰਤਾ ਸੀ ਦੋ ਏਰੀਆਂ 'ਚ, ਚਲੋ ਚੱਲੀ ਜਾਂਦਾ ਕੰਮ। ਹੁਣ ਆਪਾਂ ਵਿਜ਼ਿਟ ਕਰਦੇ ਹਾਂ ਡਿਸਪੈਂਸਰੀ ਜਿਹੜੀ ਪਹਿਲਾਂ ਰੈਗੂਲੇਟ ਚੱਲ ਰਹੀ ਹੈਗੀ, ਹੈ ਨਾ, ਅਤੇ ਇੱਥੇ ਬੱਚਿਆਂ ਦੇ ਟੀਕੇ ਵਗੈਰਾ ਲੱਗਦੇ ਨੇ, ਹੈ ਨਾ, ਛੋਟੇ ਬੱਚਿਆਂ ਦੇ ਨਹੀਂ ਲੱਗਦੇ ਹੁੰਦੇ ਜਿਹੜੇ ਕਹਿੰਦੇ ਪੋਲੀਓ ਪੋਲੀਓ ਦੇ, ਉਹ ਮੈਂ ਇੱਕ ਦੋ ਵਾਰ ਮਤਲਬ ਲੈ ਕੇ ਵੀ ਆਇਆ ਕਈ ਬੱਚਿਆਂ ਨੂੰ, ਅਤੇ ਖਰਚਾ ਇਹਨਾਂ ਦਾ ਵੀ ਕੋਈ ਨਹੀਂ ਸੀ ਪਹਿਲਾਂ ਤੋਂ ਹੀ, ਵੀ ਆਪਾਂ ਕਹੀਏ ਕੋਈ ਜ਼ਿਆਦਾ ਖਰਚਾ ਸੀਗਾ, ਇਹ ਅਸੀਂ ਫਰੀ ਚਲਾਉਂਦੇ ਸੀਗੇ, ਜੇ ਕੋਈ ਮੈਡੀਸਨ ਵਗੈਰਾ ਦਿੰਦੀ ਸੀ ਉਹ ਵੀ ਫਰੀ 'ਚ ਦਿੰਦੇ ਸੀ। ਹੁਣ ਮੁਹੱਲਾ ਕਲੀਨਿਕ ਪਲੱਸ ਇਹ ਚੱਲ ਪਿਆ, ਇਹਦਾ ਹਜੇ ਕਹਿੰਦੇ ਪ੍ਰੋਸੈਸ ਪਤਾ ਨਹੀਂ ਕਿ ਵੀ ਇਹਨੂੰ ਬੰਦ ਕਰਨਾ ਜਾਂ ਇਹਨੂੰ ਰੈਗੂਲੇਟ ਰੱਖਣਾ, ਖੈਰ ਰੈਗੂਲੇਟ ਰੱਖਣ 'ਚ ਫਾਇਦਾ ਹੈ ਨਾ, ਕਿਉਂਕਿ ਉਹ ਮੁਹੱਲਾ ਕਲੀਨਿਕ ਆ ਅਤੇ ਹੋਸਪਿਟਲ ਆ, ਜੇ ਇੱਕ ਵੱਡੀ ਚੀਜ਼ ਬਣਦੀ ਆ ਤਾਂ ਫਾਇਦਾ ਗਾ। ਚਲੋ ਆਪਾਂ ਦੇਖਦੇ ਹਾਂ ਅੰਦਰ ਜਾ ਕੇ ਵੀ ਕੀ ਸਿਸਟਮ ਆ। ਹਾਂਜੀ ਸਰ, ਕੀ ਨਾਮ ਹੈ ਜੀ ਆਪਣਾ? ਇਹ ਜਿਹੜਾ ਹੋਸਪਿਟਲ ਪਹਿਲਾਂ ਤੋਂ ਵਰਕਿੰਗ ਹੈ ਜੀ, ਅਤੇ ਇਹਦੇ ਵਿੱਚ ਕੀ ਕੀ ਸਹੂਲਤਾਵਾਂ ਮਿਲ ਸਕਦੀਆਂ ਸੀਗੀਆਂ ਜਿਹੜੀਆਂ ਆਪਣੀ ਪਬਲਿਕ ਨੂੰ ਪਹਿਲਾਂ ਤੋਂ ਜਿਹੜੇ ਤੁਸੀਂ ਪ੍ਰੋਵਾਈਡ ਕਰਵਾ ਰਹੇ ਹੋਗੇ? ਪਹਿਲਾਂ ਤਾਂ ਨੈਚੁਰਲ ਪ੍ਰੋਗਰਾਮ ਸਾਰੇ ਹੀ ਹੁੰਦੇ ਸੀਗੇ, ਜਿਵੇਂ ਅਤੇ ਸਾਰੇ ਜਿਹੜੇ ਮਰੀਜ਼ ਆਉਂਦੇ ਸੀ ਉਹਨਾਂ ਦਾ ਆਪਣੇ ਕੋਲ ਡਾਕਟਰ ਸਾਹਿਬ ਇੱਥੇ ਨਾ ਡਿਲੀਵਰੀ ਸੈਂਟਰ ਵੀ ਹੈ ਜੀ। ਹਾਂਜੀ, ਅਤੇ ਸਾਰਾ ਮਤਲਬ ਜਿਵੇਂ ਕਿਸੇ ਐਕਸੀਡੈਂਟਲ ਕੇਸ ਹੋ ਗਿਆ, ਦਿਖਾ ਸਕਦੇ ਹੋ ਇੱਥੇ ਕੀ ਕੀ ਐਕਟੀਵਿਟੀ ਹੁੰਦੀ ਸੀਗੀ, ਹੈ ਨਾ, ਉਹ ਸਾਨੂੰ ਦਿਖਾ ਦਿਓ ਪਰ ਜੀ। ਇਹ ਹੈਗਾ ਵੈਕਸੀਨੇਸ਼ਨ ਸਟੋਰੇਜ ਰੂਮ ਆ, ਹੈ ਨਾ, ਇੱਥੇ ਜਿੰਨੇ ਵੀ ਤਰ੍ਹਾਂ ਦੀ ਵੈਕਸੀਨ ਰੱਖੀ ਜਾਂਦੀ ਆ, ਚਾਹੇ ਉਹ ਕੋਵਿਡ ਦੀ ਹੋਵੇ ਜਾਂ ਜਿਵੇਂ ਹੋਰ ਵੀ ਕਈ ਟੀਕੇ ਲੱਗਦੇ ਬੱਚਿਆਂ ਨੂੰ ਕੰਪਲਸਰੀ ਹੁੰਦੇ ਆ ਉਹਨਾਂ ਦੀ। ਅੱਗੇ ਸਰ, ਮਤਲਬ ਤੁਹਾਡਾ ਇਸ ਸਾਈਡ ਤੋਂ ਜਿੰਨਾ ਪਾਰਟ ਆ ਉਹ ਡਿਵਾਈਡ ਕਰਕੇ ਉਹਨਾਂ ਨੂੰ ਦਿੱਤਾ, ਬਾਕੀ ਤੁਹਾਡਾ ਚੱਲ ਰਿਹਾ ਇਸ ਸਾਈਡ 'ਤੇ। ਇੱਧਰ ਆਪਣੇ ਬੱਚਿਆਂ ਦੀ ਮਤਲਬ ਜਿਹੜੀ ਬੱਚਿਆਂ ਦੀ ਵੈਕਸੀਨੇਸ਼ਨ ਹੁੰਦੀ ਆ ਉਹ ਇਸ ਸਾਈਡ 'ਤੇ ਆ। ਠੀਕ ਹੈ, ਸਟਾਫ ਪਹਿਲਾਂ ਹੀ 8 ਬੰਦਨਾ ਸੀਗਾ ਅਤੇ ਹੁਣ ਇਹਨਾਂ ਤੋਂ ਅੱਧੀ ਜਗ੍ਹਾ ਖੋਲੀ। ਇੱਥੋਂ ਮੁਲਾਜ਼ਮ ਸ਼ਿਕਾਇਤ ਕਰ ਰਹੇ ਨੇ, ਕਹਿੰਦੇ ਉਧਰ ਵਾਸਤੇ ਫੰਡ ਆ ਗਿਆ ਤੇ ਭਾਈ ਬਾਈ ਭਗਵੰਤ ਮਾਨ ਨੂੰ ਕਹਿੰਦੇ ਵੀ ਦੇਖ ਲਾ ਇੱਥੇ ਵੀ ਇੱਕ ਅੱਧਾ ਸ਼ੀਸ਼ਾ ਪਵਾ। ਇਹ ਨਾਲ ਲਕਮੀ ਕੰਧ ਆ ਗਈ ਜਿਹੜੀ ਨਾ ਉਸ ਸਾਈਡ ਡਾਕਟਰ ਸਾਹਿਬ ਬੈਠੇ ਸੀਗੇ, ਤੇ ਤੁਹਾਡਾ ਹੁਣ ਪਤਾ ਵੀ ਤੁਹਾਨੂੰ ਰੈਗੂਲੇਟਰ ਰੱਖਣਗੇ ਜਾਂ ਬੰਦ ਕਰਨਗੇ ਕੋਈ ਤੁਹਾਡੇ ਕੋਲ? ਇਹ ਨਾਲ ਚੱਲੂਗਾ, ਬਸ ਉਹਨੂੰ ਜਗ੍ਹਾ ਹੋਰ ਘੱਟ ਗਈ। ਨਹੀਂ ਵੈਸੇ ਤਾਂ ਸ਼ਿਫਟ ਵੀ ਹੋ ਸਕਦਾ, ਕੋਈ ਦਿੱਕਤ ਨੀ, ਡਿਪਾਰਟਮੈਂਟ ਦੀ ਗੱਲ ਆ ਵੀ ਜੇ ਕਿਤੇ ਮਤਲਬ ਹੋਰ ਜਗ੍ਹਾ ਮਿਲਦੀ ਹੈ ਇਹਨਾਂ ਨੂੰ ਤਾਂ ਸ਼ਿਫਟ ਹੋ ਸਕਦਾ। ਇਹ ਬੈਡ ਨੇ ਮੈਨੂੰ ਲੱਗਦਾ ਇਹਨਾਂ ਤੇ ਸਦੀਆਂ ਸਦੀਆਂ ਹੋ ਗਈਆਂ, ਕੋਈ ਮਰੀਜ਼ ਮਰੂਜ਼ ਆਇਆ ਨੀ, ਹੈ ਨਾ, ਕੰਧਾਂ ਕੁੰਧਾਂ ਦੇ ਤੇੜਾਂ ਆ ਰਹੀਆਂ ਨੇਗੀਆਂ, ਇਹਦੀ ਹਾਲਤ ਆ ਜਿਹੜੀ। ਚਲੋ ਕਿਰਪਾ ਭਗਵੰਤ ਮਾਨ ਬਾਈ ਹੋਰੀ ਨੂੰ ਤਾਂ ਕੀ ਕਹੀਏ, ਤਾਂ ਹੁਣ ਆਏ ਨੇ, ਹੈ ਨਾ, ਪਰ ਪਹਿਲਾਂ ਹੀ ਸਰਕਾਰਾਂ ਨੇ ਵੀ ਧਿਆਨ ਧੁਨ ਦਿੱਤਾ ਨੀ। ਤੇ ਆਹ ਜਿਹੜਾ ਗੇਟ ਆ ਉਰੋਂ ਦੀ ਆਰਾਮ ਨਾਲ ਕੋਈ ਵੀ ਜਾਨਵਰ ਜਾ ਸਕਦਾ। ਇਹ ਕਹਿੰਦੇ ਸਾਨੂੰ ਜਗ੍ਹਾ ਦੀ ਦਿੱਕਤ ਆ ਰਹੀ ਹੈ, ਮਤਲਬ ਸਾਡੇ ਕੋਲ ਜਗ੍ਹਾ ਜਿਹੜੀ ਉਹ ਘੱਟ ਰਹੀ ਆ, ਪਰ ਉਸ ਸਾਈਡ ਤੇ ਉਹਨਾਂ ਨੂੰ ਸਾਰਾ ਰੀਨੋਵੇਟ ਕਰਾ ਕੇ ਦਿੱਤਾ, ਰੰਗ ਰੁੰਗ ਕਰਵਾ ਕੇ ਦਿੱਤਾ, ਕੁਰਸੀਆਂ ਲਵਾ ਦੀਆਂ, ਵੀ ਸਾਡੀ ਜ਼ਿੰਮੇਵਾਰੀ ਆ ਮੁਹੱਲਾ ਕਲੀਨਿਕ ਦੀ। ਇਹ ਗੱਲ ਨਹੀਂ, ਤੁਸੀਂ ਸਰਕਾਰ ਸਾਹਮੀ ਆ, ਤੁਹਾਡਾ ਹੱਕ ਬਣਦਾ, ਤੁਸੀਂ ਸਾਰੇ ਪਹਿਲੂ ਜਿਹੜੇ ਹੈਗੇ ਨੇ ਜਿੱਥੇ ਜਿੱਥੇ ਲੋੜ ਆ ਉੱਥੇ ਉੱਥੇ ਕੰਮ ਕਰੋ। ਮੁਹੱਲਾ ਕਲੀਨਿਕ ਸਾਡੇ ਜੇ ਨਾ ਵੀ ਬਣਦਾ ਹਜੇ ਤਾਂ ਡਿਸਪੈਂਸਰੀ ਚੱਲ ਰਹੀ ਸੀ, ਉਹਦੀ ਸਾਨੂੰ ਐਕਸਟਰਾ ਲੋੜ ਨਹੀਂ ਸੀ, ਦਵਾਈਆਂ ਸਾਰੀਆਂ ਪ੍ਰੋਵਾਈਡ ਹੁੰਦੀਆਂ ਸੀ ਇੱਥੋਂ ਵੀ।
चलो तुसीं ने वादे कीते तुहाडी सरकार दा मोर्चा वा उन्होंने अपने तरीके नाल चलना तुहाडी उस ते पैंदी नहीं असीं जिवें मर्जी काम करो पर जिथे जिहड़ी चीज़ की लोड़ आ पहला उधर आप पैसा लाइए महला क्लीनिकां नूं 25-25 लाख आप दे रहे हैं 20-20 लाख के बजट बना के दे रहे हैं तो हो सकता सी उधर तो लगना ही नहीं इन्ना पैसा जिहड़ा पैसा बचता वो इस साइड पर भी लग जाता तो खुशी होंगी सानू कि कोई चंगा काम किया हम सामने जिम्मे गल हुई पहला हॉस्पिटल की अद्धी जगह ये थाने देती थी चलो लोड आ 10,000 की आबादी आ तो सिक्योरिटी परपस लई पुलिस की भी लोड़ हैगी पिंड च पर हॉस्पिटल की जगह लैके थाने दे देनी तो उधरों बाकी की बची उन्हूं दे देनी अपना आम आदमी क्लीनिक नूं ये कोई चंगे विचार नहीं है साढ़े पिंड ने बहुत रौला रप्पा पाया साढ़े पिंड नहीं होर भी पिंड रौले रप्पे पे ने तो एक मंत्री आ आम आदमी पार्टी का वह सरपंच कहना सरपंच हथों पाई तक गल हो गई कहना तेरे थप्पड़ ला के तेन अंदर सटिया होंगे एवें की वर्डिंग यूज की जिड़ी कि एक आम आदमी जिमें आम जे लीडर बनते थे उस कि छवि जी रही नहीं हैगी सो बाकी तुम आप सियाने बिच बिच वीडियो क्लिपा अपने स्टार्टिंग ला दी हो सरपंच धमकी दी बाकी सरपंच से तो कहते पुरानी फाइलों भी खुल गई जे जे पहले परचे सरपंच से होए हुए थी सारिया फाइलों खोल लिया दसता पर सिस्टम यह आ कि एक काम लेट हो जाए पर काली च ना हो जिमें पहला सरकार कर दया कि कल नाम नाम वास्ते भी साडा नाम बन जूगा वो आधार पर जो चीज़ा बन दी वह नहीं होनी चाहिए भी एक बार एक किसी ने आ वादा करता कि वह वादा पूरा करो बस घर जिमें मर्जी हो सारिया चीज़ों देख के जिथे जिहड़ी चीज़ की लोड़ आ पहला वो प्रोवाइड करवाओ आप बाकी दीज़ा बाद देख लेंगे सो धन्यवाद जी तुसी वीडियो देखी अजे तक चैनल नूं सबसक्राइब कर लियो।